ਉਦਰ ਹੋਲਾ ਮਹੱਲਾ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਰੋਪੜ ਦੇ ਡਿਪਟੀ ਕਮਿਸ਼ਨਰ ਦੇ ਵੱਲੋਂ ਅੱਜ ਹੋਲਾ ਮਹੱਲਾ ਦੇ ਸਮਾਗਮਾਂ ਨੂੰ ਲੈ ਕੇ ਮੀਟਿੰਗ ਕੀਤੀ ਗਈ ਇਸ ਦੇ ਵਿੱਚ ਧਾਰਮਿਕ ਜਥੇਬੰਦੀਆਂ ਦੇ ਮੁਖੀਆਂ ਨੇ ਵੀ ਸ਼ਿਰਕਤ ਕੀਤੀ ਹੈ ਤੇ ਇਸ ਦੌਰਾਨ ਰੋਪੜ ਦੇ ਡਿਪਟੀ ਕਮਿਸ਼ਨਰ ਨੇ ਪੁਖਤਾ ਪ੍ਰਬੰਧ ਹੋਣ ਦੀ ਗੱਲ ਕਹੀ ਹੈ ਤੇ ਨਾਲ ਹੀ ਉਹਨਾਂ ਨੇ ਸੰਗਤ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇੱਥੇ ਮਾਸਕ ਪਾ ਕੇ ਰੱਖਣ ਅਤੇ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਣ ਜਿਹੜੀ ਬਾਹਰੋਂ ਆ ਰਹੀ ਹੈਗੀ ਜੇਕਰ ਕਿਸੇ ਨੂੰ ਕੋਈ ਲੱਛਣ ਹੈਗਾ ਸਰਦੀ ਖਾਸ ਖਾਂ ਦਾ ਤਾਂ ਉਹਨਾਂ ਦੇ ਟੈਸਟਿੰਗ ਕਿੱਥੇ ਹੋਣੀ ਹੈਗੀ ਔਰ ਹਰ ਸਬ ਸੈਕਟਰ ਦੇ ਵਿੱਚ ਇੱਕ ਹੈਲਥ ਦੀ ਸੈਂ ਜਾਂ ਪੇ ਉਹ ਉਥੇ ਜਾ ਕੇ ਸੰਗਤ ਨੂੰ ਭੇਜ ਕੇ ਉਥੇ ਤੁਰੰਤ ਹੀ ਆਪਣਾ ਆਰਟੀ ਟੈਸਟ ਕਰਾ ਸਕਦੇ ਨੇ ਜਿਸ ਦਾ ਰਿਜ਼ਲਟ ਅੱਧੇ ਘੰਟੇ ਦੇ ਵਿੱਚ ਹੀ ਆ ਸ ਜਾਂਦਾ ਹੈਗਾ ਤਾਂ ਹੀ ਕਰਕੇ ਮਨ ਦੇ ਵਿੱਚ ਸ਼ੰਕਾ ਵੀ ਦੂਰ ਹੋ ਜਾਣੀ ਹੈਗੀ ਇਸ ਤੋਂ ਇਲਾਵਾ ਇੱਕ ਮਾਸ ਦੀ ਗੱਲ ਹੋਈ ਹੈਗੀ ਕਿ ਮਾਸ ਦਾ ਲੰਗਰ ਲਾਣ ਵਾਸਤੇ ਲੰਗਰ ਦੇ ਜਿਹੜੇ ਵੱਖਰੇ-ਵੱਖਰੇ ਥਾਵਾਂ ਹੈंगी ਉਹਨਾਂ ਨੂੰ ਦੇਣ ਵਾਸਤੇ ਇਹ ਵੀ ਅਸੀਂ ਐਨਜੀਓ ਰਾਹੀਂ ਤੇ ਰੈੱਡ ਕਰਾਸ ਸੁਸਾਇਟੀ ਵੱਲੋਂ ਇੱਥੇ ਹੁਣ ਤੱਕ 1 ਲੱਖ ਮਾਸ ਦਾ ਪ੍ਰਬੰਧ ਕੀਤਾ ਹੈਗਾ ਹੋਰ ਵੀ ਅਸੀਂ ਪ੍ਰਬੰਧ ਕਰਾਂਗੇ ਤਾਂ ਕਿ ਸਾਰੀ ਸੰਗਤ ਨੂੰ ਜੇਕਰ ਉਹਨਾਂ ਦੇ ਕੋਲ ਮਾਸ ਨਹੀਂ ਹੈ ਤੇ ਉਹਨਾਂ ਨੂੰ ਮਾਸਕ ਜ਼ਰੂਰ ਪਾਉਣ ਦੇ ਵਾਸਤੇ ਇਹ ਮੈਸੇਜ ਵੀ ਦੇਵਾਂਗੇ ਆਪਾਂ ਹੋਲਾ ਮਹੱਲਾ ਮਨਾ ਰਹੇ ਆ ਇਹਦੇ ਵਿੱਚ ਕੋਈ ਦਿੱਕਤ ਨਹੀਂ ਕੀ ਵੀ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਪ੍ਰਸ਼ਾਸਨ ਵੀ ਨਾਲ ਹੈ ਸਰਕਾਰ ਵੱਲੋਂ ਹਦਾਇਤਾਂ ਨੇ ਜਿਹੜੀਆਂ ਪ੍ਰਸ਼ਾਸਨ ਵੱਲੋਂ ਉਹ ਸਾਰੀਆਂ ਸਾਨੂੰ ਮੰਨਣੀਆਂ ਜ਼ਰੂਰੀ ਨੇ